ਸਾਵਰ ਦੁਗਰੀ ਗੱਗੀ ਤੋਂ ਫੜਨੇ 1000 ਸਾਵਰ ਦੁਗਰੀ ਹਰਦੀਪ ਰੌਣੀ ਕਿੱਥੇ ਕ ਬੈਠਾ ਸਾਡਾ ਬਾਈ ਹਰਦੀਪ ਦਾ ਵੀ ਧੰਨਵਾਦ ਹੈ ਯਾਰਾਂ ਦਾ ਯਾਰ ਹੈ ਪੰਜਰੁਖੇ ਪਿੰਡ ਤੋਂ ਸਾਡੇ ਜਿੰਨੇ ਵੀ ਵੀਰ ਪੁੱਜੇ ਨੇ ਸਾਰਿਆਂ ਦਾ ਹੀ ਧੰਨਵਾਦ ਹੈ ਲੈ ਵੀ ਸਲੀਮ ਕਿੰਨੇ ਮਿੰਟ ਬਾਅਦ ਗਰਾਊਂਡ 'ਚ ਆਉਂਦੇ ਹੋ ਬਾਈ ਓਕੇ ਸਹੀ 10 ਮਿੰਟ ਤੋਂ ਹੀ ਬਾਅਦ 10 ਮਿੰਟ ਤੋਂ ਬਾਅਦ ਫਾਈਨਲ ਮੈਚ ਸਿੱਧ ਸਰ ਦੇ ਕੱਪ ਦਾ ਕਹਿੰਦੇ ਖੇਡਿਆ ਜਾਵੇਗਾ ਲਸਾੜਾ ਗਿੱਲ ਵਰਸੀ ਬਾਬਾ ਰੋਡੂ ਕਲੱਬ ਕਿਉਂਕਿ ਨਿੱਕਾ ਜਰਗੜੀ ਵਾਲਾ ਹਰਿੰਦਰ ਸਿੰਘ ਨਿੱਕਾ ਜਰਗੜੀ ਵਾਲਾ ਕਬੱਡੀ ਦਾ ਮਹਾਨ ਖਿਡਾਰੀ ਇਸੇ ਪਿੰਡ ਦਾ ਨਾਮ ਜਿੱਥੇ ਗੱਭਰੂ ਨੇ ਚਮਕਾਇਆ ਉੱਥੇ ਹੀ ਕਹਿੰਦੇ ਲੁਧਿਆਣੇ ਜ਼ਿਲ੍ਹੇ ਦਾ ਮਾਣ ਹੈ ਕਿਉਂਕਿ ਵਰਲਡ ਕੱਪ ਦੇ ਵਿੱਚ ਖੇਡਿਆ ਕਹਿੰਦੇ ਨਿੱਕਾ ਜਰਗੜੀ ਵਾਲਾ ਵਿਸ਼ੇਸ਼ ਮਾਣ ਸਨਮਾਨ ਕਹਿੰਦੇ ਕੀਤਾ ਜਾਣਾ ਮੇਰੇ ਵੀਰੋ ਜਰਗੜੀ ਵਾਲੇ ਹਰਿੰਦਰ ਸਿੰਘ ਨਿੱਕੇ ਨੌਜਵਾਨ ਗੱਭਰੂ ਦਾ ਕਬੱਡੀ ਦਾ ਬੜਾ ਸਟਾਈਲਿਸ਼ ਜਿਹਾ ਨੌਜਵਾਨ ਨਿੱਕਾ ਜਰਗੜੀ ਲੈ ਵੀ ਨਿੱਕਿਆ ਆ ਜਰਾ ਇੱਧਰ ਤੇਰੇ ਦਰਸ਼ਨ ਆਪਾਂ ਕਰਵਾਈਏ ਸਮੁੱਚੀ ਸਾਧ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਹੈ ਸਾਡੇ ਵਰਿੰਦਰ ਸਿੰਘ ਜੀ ਥਿੰਦ ਸਾਹਿਬ ਡਿਪਟੀ ਜੀਆਂ ਦਾ ਜਿਹਨਾਂ ਨੇ ਸਾਡੇ ਅੱਧੇ ਬੋਲ ਮੇਰੇ ਵੀਰੋ ਸਾਡੇ ਇਸੇ ਕੱਪ ਨੂੰ ਜਿਹੜੇ ਵੇਖਣ ਦੇ ਲਈ ਪੁੱਜੇ ਆ ਸਾਡੇ ਦਰਮਿਆਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡਾ ਵੀਰ ਗੱਗੀ ਕਹਿ ਰਿਹਾ ਵੀ ਅਸੀਂ ਸੱਦਾ ਦਿੱਤਾ ਵੀ ਸਾਡੇ ਕੱਪ ਦੇ ਥਿੰਦ ਸਾਹਿਬ ਤੁਸੀਂ ਜ਼ਰੂਰ ਪੁੱਜਿਓ ਇਨਾਮਾਂ ਦੀ ਵੰਡ ਸਾਡੇ ਥਿੰਦ ਸਾਹਿਬ ਕਰਨਗੇ ਵਰਿੰਦਰ ਥਿੰਦ ਜੀ ਬਹੁਤ ਸਤਿਕਾਰਯੋਗ ਸ਼ਖਸੀਅਤ ਨੇ ਸਾਡੀ ਉਹਨਾਂ ਵੱਲੋਂ ਕਹਿੰਦੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਜਿਹੜਾ ਦਿੱਤਾ ਜਾਵੇਗਾ ਇੱਧਰ ਹਰਿੰਦਰ ਸਿੰਘ ਨਿੱਕਾ ਜਰਗੜੀ ਵਾਲਾ ਕਬੱਡੀ ਦਾ ਸਟਾਰ ਹੈ ਨਿੱਕਾ ਜਰਗੜੀ ਦੀ ਧਰਤੀ ਦਾ ਮੇਰੇ ਵੀਰੋ ਲੈ ਵੀ ਵੀਰ ਫੋਟੋ ਜ਼ਰੂਰ ਖਿੱਚੀ ਨਿੱਕੇ ਬਾਈ ਦੇ ਨਾਲ ਹੈਪੀ ਜਰਗੜੀ ਵਾਲਾ ਵੀ ਨਾਲ ਆਵੇਗਾ ਨਿੱਕਾ ਜਰਗੜੀ ਕਬੱਡੀ ਦਾ ਸਟਾਰ ਨਿੱਕਾ ਜਰਗੜੀ ਵਾਲਾ ਜਿੰਨੀ ਕਿ ਵੀ ਇੱਥੇ ਸੰਗਤ ਹੈ ਮੇਰੀ ਬੇਨਤੀ ਆ ਸਾਰੀ ਸੰਗਤ ਨੂੰ ਮੈਂ ਵੀ ਨਿੱਕਿਆ ਫਤਿਹ ਸਾਂਝੀ ਕਰ ਜਿਹੜੇ ਨਿੱਕੇ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਦਿਲੋਂ ਤਾੜੀ ਮਾਰ ਦਿਓ ਮੇਰੇ ਵੀਰੋ ਬੜੇ ਸਾਊ ਜੇ ਸੁਭਾਅ ਵਾਲਾ ਇਹ ਕਹਿੰਦੇ ਨੌਜਵਾਨ ਸਾਡਾ ਵੀਰ ਨਿੱਕਾ ਜਰਗੜੀ ਵਾਲਾ ਮੈਂ ਵੀ ਨਿੱਕਿਆ ਕਿੰਨਾ ਟਾਈਮ ਹੋ ਗਿਆ ਵੀਰ ਜੋਬ ਕਰਦੇ ਨੂੰ ਮਲਾਓ ਦੇ ਵਿੱਚ ਆਪਾਂ ਨੂੰ 6 ਸਾਲਾਂ ਤੋਂ ਪਿਛਲੇ 6 ਸਾਲਾਂ ਤੋਂ ਕਹਿੰਦੇ ਸਾਡਾ ਵੀਰ ਜਿਹੜਾ ਮੰਡੀਕਰਨ ਬੋਰਡ ਦੇ ਵਿੱਚ ਆਪਣੀ ਸੇਵਾ ਦੇ ਰਹੇ ਹੈ ਵਰਲਡ ਕੱਪ ਦਿਆ ਮਾਣ ਲਾਡੀ ਉਟਾਲਾਂ ਵਾਲਾ ਖੇਡਿਆ ਗੁਰਮੀਤ ਮੰਡੀਆਂ ਵਾਲਾ ਖੇਡਿਆ ਤੇ ਨਾਲ ਕਹਿੰਦੇ ਗੋਪੀ ਮਾਣਕੀ ਵਾਲਾ ਖੇਡਿਆ ਮਾਣ ਨੇ ਕਹਿੰਦੇ ਇਸੇ ਇਲਾਕੇ ਦਾ ਮੇਰੇ ਵੀਰੋ ਹਰਿੰਦਰ ਸਿੰਘ ਨਿੱਕਾ ਜਰਗੜੀ ਵਾਲਾ ਮਾਣ ਕੀਤਾ ਜਾਣਾ ਸਾਡੇ ਇਸੇ ਵੀਰ ਦਾ ਕਿਉਂਕਿ ਮੈਂ ਤੇ ਗੁਰਮੀਤ ਇੱਕ ਦਿਨ ਬੈਠੇ ਸਾਂ ਮੰਡੀਆਂ ਵਾਲਾ ਮਲੇਸ਼ੀਆ ਦੇ ਵਿੱਚ ਗੱਲ ਚੱਲ ਪਈ ਨਿੱਕੇ ਬਾਈ ਆਪਣੇ ਏਰੀਏ ਦੇ ਪਲੇਅਰਾਂ ਦੀ ਕਹਿੰਦਾ ਵੀ ਇੱਕ ਸਮਾਂ ਅਜਿਹਾ ਸੀ ਨਿੱਕੇ ਨੂੰ ਇੱਕ ਇੱਕ ਮਹੀਨਾ ਕਹਿੰਦੇ ਜੱਫਾ ਨਹੀਂ ਸੀ ਲੱਗਦਾ ਮੇਰੇ ਵੀਰੋ ਪੰਜਾਬ ਦੇ ਕੱਪਾਂ ਦੇ ਉੱਤੇ ਇੱਕ ਵਾਰ ਕਹਿੰਦਾ ਗੁੱਕ ਹੁਣੀ ਆਏ ਸੀ ਸ਼ੇਰਪੁਰ ਵਾਲੇ ਯਾਦ ਹੋਣਾ ਤੇਰੇ ਮਲਾਓਦ ਏਰੀਏ ਵਿੱਚ ਮੈਚ ਸੀ ਬੇਸ਼ੱਕ ਉਹ ਮੈਚ ਨਿੱਕੇ ਹੁਣੀ ਹਾਰ ਗਏ ਸਨ ਕਿਉਂਕਿ ਨਿੱਕੇ ਗੱਲ ਸਹੀ ਹੈ ਪਰ ਦੁਨੀਆ ਕਹਿੰਦੇ ਇਹ ਕਹਿ ਰਹੀ ਸੀ ਵੀ ਨਿੱਕੇ ਨੂੰ ਜੱਫਾ ਲੱਗ ਗਿਆ ਅੱਜ ਨਿੱਕੇ ਨੂੰ ਜੱਫਾ ਲੱਗ ਗਿਆ ਏਦਾਂ ਦੇ ਖਿਡਾਰੀ ਮੇਰੇ ਵੀਰੋ ਸਾਡੇ ਇਸੇ ਪਿੰਡ ਨੇ ਜਿਹੜੇ ਪੈਦਾ ਕੀਤੇ ਹੈ ਦੱਲਣਵਾਲ ਦਾ ਕੱਪ ਸੀ ਹਾਂ ਸਹੀ ਹੈ ਜਰਨੈਲ ਕਹਿੰਦਾ ਵੀ ਦੱਲਣਵਾਲ ਦਾ ਕੱਪ ਸੀ ਉਹ ਜਿੱਥੇ ਸੇਵ ਕੋਣੀ ਪੁੱਜੇ ਸੀ ਤੇ ਗੱਲ ਮਹੀਨਾ ਚੱਲੀ ਗਈ ਹੈ ਖੁੰਡਾਂ ਤੇ ਵੀ ਨਿੱਕੇ ਨੂੰ ਜੱਫਾ ਲੱਗਿਆ ਇਹ ਕਬੱਡੀ ਦੇ ਸਟਾਰ ਨੇ ਮੇਰੇ ਵੀਰੋ ਚਰਚਾ ਭਾਵੇਂ ਜੱਫਾ ਲੱਗੇ ਤਾਂ ਵੀ ਚਰਚਾ ਦੇ ਵਿੱਚ ਤੇ ਜੇ ਨੰਬਰ ਲੈਂਦਾ ਤਾਂ ਤੇ ਚਰਚਾ ਵਿੱਚ ਕਹਿੰਦੇ ਰਹਿੰਦਾ ਹੀ ਹੈ ਨਿੱਕੇ ਜਰਗੜੀ ਵਾਲੇ ਦਾ ਸਾਡੇ ਵੱਡੇ ਵੀਰ ਦਾ ਵਿਸ਼ੇਸ਼ ਸਨਮਾਨ ਜਿਹੜਾ ਕੀਤਾ ਗਿਆ ਹਾਂਜੀ ਲਾਡੀ ਬਾਂਸਰ ਗਰੁੱਪ ਲੈ ਵੀ ਆ ਜਾ ਲਾਡੀ ਬਾਈ ਹਰਦੀਪ ਰੌਣੀ ਵਾਲ ਦਾ ਧੰਨਵਾਦ ਹੈ ਜਿੰਨੇ ਵੀ ਸਾਡੇ ਵੇਟਰ ਵੀਰ ਨੇ ਉਹਨਾਂ ਲਈ ਵੀ ਹਰਦੀਪ ਰੌਣੀ ਵਾਲ ਦੇ ਵੱਲੋਂ ਕਹਿੰਦੇ 600 ਰੁਪਇਆ ਜਿਹੜਾ ਮਾਣ ਦੇ ਵਿੱਚ ਦਿੱਤਾ ਗਿਆ ਸਿਮਰ ਗਿੱਲ ਦਾ ਮਾਣ ਸਨਮਾਨ ਕੀਤਾ ਜਾਣਾ ਹੈ ਸਿਮਰ ਗਿੱਲ ਦੇ ਮਾਮਾ ਜੀਆਂ ਦਾ ਪੁੱਤਰ ਗੁਰਦੀਪ ਕੋਬਿਆਂ ਵਾਲਾ ਹੈ ਨਾਲ ਰਘਵੀਰ ਪ੍ਰਧਾਨ ਜੀ ਕਹਿੰਦੇ ਪੁੱਜੇ ਹੋਏ ਨੇ ਕੋਬਿਆਂ ਦੀ ਸਪੋਰਟਸ ਕਲੱਬ ਦੇ ਪ੍ਰਧਾਨ ਸਾਹਿਬ ਹੈ ਉਹਨਾਂ ਦਾ ਮਾਣ ਜਿਹੜਾ ਕੀਤਾ ਜਾਵੇਗਾ ਹਾਨੀ ਚਾਲ ਵੀ ਪੁੱਜ ਜਾਵੇ ਕਬੱਡੀ ਵਾਈਫਾਈ ਪੇਜ ਵਾਲਾ ਇੱਧਰ ਲਾਡੀ ਬਾਂਸਰ ਸਾਡਾ ਵੀਰ ਲਾਡੀ ਬਾਂਸਰ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਜਿਹੜਾ ਸਾਡੇ ਕਲੱਬ ਦੇ ਵੱਲੋਂ ਕੀਤਾ ਜਾ ਰਿਹਾ ਓਕੇ
गुरदीप कोबियां वाला सिमर बैठा कहिंदे यूएसए दे विच मेरे वीरो ते नाल लाडी गो वाला वह भी कहिंदे यूएसए विच बैठा जुड़िया होया इकबाल सिंह जी टाला यूएसए ये सारे साडे सत्कार जो वीर ने जिहड़े गोखी छपार यूएसए वाला कहिंदे जुड़िया होया यूएसए विच बैठा इहदे कप दे नाल मेरे वीरो सन्मान कहिंदे कीता जा रहा सारे भी नाल हो जाणा आपां पिंदे भाई ਇਹ ਸਿਮਰ ਯੂਐਸਏ ਵਾਲ ਦਾ ਮਾਣ ਸਨਮਾਨ ਹੈ ਕਿਉਂਕਿ ਪਹਿਲਾ ਪ੍ਰਾਈਜ਼ ਹੈ ਕਹਿੰਦੇ ਇਸੇ ਪਰਿਵਾਰ ਦੇ ਵੱਲੋਂ ਮੇਰੇ ਪੀਰੋ ਸਿਮਰ ਯੂਐਸਏ ਸਿਮਰ ਸਾਡੇ ਵੀਰ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਉਹਨਾਂ ਦੇ ਮਾਮਾ ਜੀਆਂ ਦਾ ਪੁੱਤਰ ਇਹ ਗੁਰਦੀਪ ਗੁੱਬਿਆਂ ਵਾਲਾ ਕਹਿੰਦੇ ਪ੍ਰਾਪਤ ਜਿਹੜਾ ਕਰ ਰਹੇ ਹੈ ਬਹੁਤ ਬਹੁਤ ਧੰਨਵਾਦ ਗੁੱਬਿਆਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਰਦਾਰ ਰਘਵੀਰ ਸਿੰਘ ਜੀ टूरनामेंट ਹੁੰਦਾ ਕੋਬਿਆਂ ਦੇ ਵਿੱਚ ਉੱਥੇ ਵੀ ਕਹਿੰਦੇ ਮੇਰੇ ਵੀਰੋ ਸਾਡੇ ਇਹ ਮੀਤ ਪ੍ਰਧਾਨ ਹੁੰਦੇ ਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਸਾਹਿਬ ਹੈ ਰਘਵੀਰ ਸਿੰਘ ਜੀ ਕੋਬਿਆਂ ਵਾਲਾ ਦਾ ਵਿਸ਼ੇਸ਼ ਸਨਮਾਨ ਜਿਹੜਾ ਕੀਤਾ ਜਾ ਰਿਹਾ ਲਸਾੜੇ ਗਿੱਲ ਦੀ ਟੀਮ ਨੂੰ ਬੇਨਤੀ ਆ ਵੀ ਉਹ ਟੀਮ ਗਰਾਊਂਡ ਵਿੱਚ ਪੁੱਜ ਜਾਵੇ ਜੀ ਜਲਦੀ ਦੇ ਨਾਲ ਲਸਾੜਾ ਗਿੱਲ ਵਰਸੇ ਬਾਬਾ ਰੋਡੂ ਕਲੱਬ ਕਿਉਂਕਿ ਫਾਈਨਲ ਮੁਕਾਬਲਾ ਕਹਿੰਦੇ ਹੋਵੇਗਾ ਅੱਜ ਦੇ ਸਿੱਧ ਸਰ ਸਾਹਿਬ ਦੇ ਕੱਪ ਦਾ ਕਿ ਧੁੰਮ ਪੈ ਗਈ ਸਿੱਧ ਸਰ ਸਾਹਿਬ ਦੇ ਕਬੱਡੀ ਕੱਪ ਦੀ ਤੇ ਦੇਖ ਲਓ ਗਰਾਊਂਡਾਂ 'ਚ ਜਵਾਨੀ ਨੱਚਦੀ ਦੇਖ ਲਓ ਗਰਾਊਂਡਾਂ 'ਚ ਜਵਾਨੀ ਨੱਚਦੀ ਕਬੱਡੀ ਵਾਈ ਫਾਈ ਪੇਜ ਲੈ ਵੀ ਨਿੱਕੇ ਬਾਈ ਆਹ ਨੌਜਵਾਨ ਦਾ ਕਹਿੰਦੇ ਨਵਾਂ ਪਿੰਡ ਹੈ ਤੁਹਾਡੇ ਇਸ ਏਰੀਏ ਦਾ ਰੱਬੋਂ ਦੇ ਲਾਗੇ ਕਰਕੇ ਕਹਿੰਦੇ ਨਵਾਂ ਪਿੰਡ ਹੈ ਮੁੰਡੇ ਦਾ ਰਿੰਪੀ ਬਾਈ ਇਹ ਗੱਭਰੂ ਨੇ ਨੈੱਟ ਦੇ ਉੱਤੇ ਆਪਣਾ ਕਬੱਡੀ ਕੱਪ ਹਰ ਰੋਜ਼ ਜਿਹੜਾ ਲਗਭਗ 60,000 ਲੋਕਾਂ ਨੂੰ ਜਿਹੜਾ ਇਹ ਗੱਭਰੂ ਨੇ ਕਹਿੰਦੇ ਆਪਣੇ ਇਸ ਕਬੱਡੀ ਕੱਪ ਦੀ ਜਿਹੜੀ ਐਡ ਹਰ ਰੋਜ਼ ਕੀਤੀ ਹੈ ਕਬੱਡੀ ਵਾਈ ਫਾਈ ਪੇਜ ਦਾ ਕਹਿੰਦੇ ਵੱਡਾ ਨਾਮ ਹੈ ਅੰਮ੍ਰਿਤ ਚੀਮਾ ਪੁੱਜਿਆ ਹੋਇਆ ਹਨੀ ਚਾਹਲ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰ ਦਾ ਜਗਰਾਓ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਜਗਰਾਓ ਏਰੀਏ ਵਿੱਚ ਕਹਿੰਦੇ ਵੱਡੇ ਕੱਪ ਕਰਵਾਉਂਦੇ ਨੇ ਸਾਡੇ ਵੀਰ ਜਗਰਾਓ ਗਰੁੱਪ ਵਾਲਿਆਂ ਦਾ ਉਚੇਚੇ ਤੌਰ ਦੇ ਉੱਤੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰਾਂ ਦਾ ਸੁਖਮਨ ਲਲਹੇੜੀ ਵੱਲ ਦਾ ਮਾਣ ਕੀਤਾ ਜਾਣਾ ਹੈ ਨਵੇਂ ਪਿੰਡੀਏ ਭਿੰਦਰ ਤੋਂ ਬਾਅਦ ਕਹਿੰਦੇ ਖੰਨੇ ਏਰੀਏ ਦੇ ਜੇ 2-3 ਕਿਲੋਮੀਟਰ ਦੇ ਏਰੀਏ ਦਾ ਆਪਾਂ ਖਿਡਾਰੀ ਕੱਢੀਏ ਜਿਹਨੇ ਕੈਨੇਡਾ ਦੇ ਗਰਾਊਂਡਾਂ ਵਿੱਚ ਸਿਰਾ ਕੀਤਾ ਤਾਂ ਉਹ ਕਹਿੰਦੇ ਸੁਖਮਨ ਲਲਹੇੜੀ ਵਾਲਾ ਮੇਰੇ ਵੀਰੋ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਨਾਲ ਸੀਪਾ ਰਾਏਪੁਰ ਮਾਜਰੀ ਵਾਲਾ ਇਹ ਜਿੱਥੇ ਦੋਨੋਂ ਨੌਜਵਾਨਾਂ ਦੀ ਕਬੱਡੀ ਨੂੰ ਦੁਨੀਆ ਦੇਖ ਰਹੀ ਹੈ ਦੋਨੋਂ ਦੀ ਯਾਰੀ ਦੇ ਵੀ ਕਹਿੰਦੇ ਵੱਡੇ ਚਰਚੇ ਹੈ ਸੁਖਮਨ ਲਲਹੇੜੀ ਓਕੇ ਤੇ ਨਾਲ ਸੀਪੇ ਦਾ ਕਹਿੰਦੇ ਵਿਸ਼ੇਸ਼ ਸਨਮਾਨ ਜਿਹੜਾ ਕੀਤਾ ਗਿਆ ਪੰਜ ਮਿੰਟ ਦੇ ਦਰਮਿਆਨ ਦੋਨੋਂ ਟੀਮਾਂ ਦੀਆਂ ਗਰਾਊਂਡ ਦੇ ਵਿੱਚ ਆ ਜਾਣ ਜੀ ਕੌਂਕਿਆਂ ਵਾਲੇ ਨੇ 10 ਮਿੰਟ ਦੀ ਰੈਸਟ ਮੰਗੀ ਸੀ ਤੇ 3 ਮਿੰਟ ਜਿਹੜੇ ਬਾਕੀ ਰਹਿ ਗਏ ਹੈ ਕੌਂਕਿਆਂ ਦੀ ਟੀਮ ਗਰਾਊਂਡ ਵਿੱਚ ਪੁੱਜ ਜਾਵੇਗੀ ਗੱਗੀ ਬਾਈ ਸਨਮਾਨ ਕਰਦੀ ਆਪਾਂ ਹਰਦੀਪ ਵੀਰ ਉਹਨਾਂ ਦਾ ਹਰਦੀਪ ਰੌਣੀ ਜਿੰਮੀ ਰੌਣੀ ਦੀਪਾ ਪੰਜਰੋਖਾ ਹਰਦੀਪ ਬਾਈ ਆ ਜਾਓ ਮਾਇਆ ਬੋਲੀ ਜਾਂਦੇ ਹੈ ਦੁਨੀਆਂ ਨੂੰ ਦਿਖਾਈਏ ਕਿਹੜਾ ਹਰਦੀਪ ਹੈ ਸਾਡਾ ਯਾਰ ਜਿਹਦੇ ਚੰਡੀਗੜ੍ਹ ਦੇ ਵਿੱਚ ਡੇਰੇ ਹੈ ਵੱਡੀ ਯਾਰੀ ਹੈ ਕਹਿੰਦੇ ਕਾਲੇ ਬਾਈ ਉਹਨਾਂ ਦੇ ਨਾਲ ਮੇਰੇ ਵੀ ਉਹ ਹਰਦੀਪ ਰੌਣੀ ਸਾਡਾ ਬਾਈ ਰੌਣੀ ਦੇ ਵਿੱਚ ਕੱਪ ਹੋਇਆ ਮੈਂ ਹਰਦੀਪ ਦੇ ਕੋਲੇ ਗਿਆ ਤੇ ਹਰਦੀਪ ਮੈਨੂੰ ਕਹਿੰਦਾ ਜਿੰਨਾ ਤੇਰਾ ਦਿਲ ਕਰਦਾ ਓਨੀ ਮਾਇਆ ਲਾਈ ਚੱਲ ਕਿਸੇ ਪਲੇਅਰ ਤੇ 10,000, 15,000, 20,000 ਸ਼ਿੰਗਾਰੇ ਦੇ ਜੱਫਿਆਂ ਤੇ ਤੁਹਾਨੂੰ ਪਤਾ 20,000 ਲੱਗਿਆ ਕਿਨੇ ਜਿਹੜੇ ਕੱਪ ਦੇ ਉੱਤੇ ਹਰਦੀਪ ਰੌਣੀ ਵਾਲਾ ਹੈਲੋ ਹਾਂਜੀ ਬੱਬੂ ਟੀਮਾਂ ਵੀ ਸਦ ਲਈ ਬਾਈ ਹਾਂਜੀ ਹਾਂਜੀ ਵੀਰੇ 10 ਮਿੰਟ ਹੋ ਗਏ ਦੋਨੋਂ ਟੀਮਾਂ ਗਰਾਊਂਡ ਵਿੱਚ ਆ ਜਾਣ ਜੀ ਬੇਨਤੀ ਹੈ ਲਸਾੜਾ ਗਿੱਲ ਵਰਸੇ ਬਾਬਾ ਰੋਡੂ ਕਲੱਬ ਕਿਉਂਕਿ ਇਧਰ ਸਾਬਰ ਦੁਗਰੀ ਵਾਲਾ ਹੈ ਦੁਗਰੀ ਵਾਲੇ ਨੇ ਕਹਿੰਦੇ ਵੱਡਾ ਇਤਿਹਾਸ ਸਿਰਜਣਾ ਇਸ ਏਰੀਏ ਦੇ ਵਿੱਚ ਸਾਬਰ ਦੁਗਰੀ ਜਿੰਮੀ ਰੌਣੀ ਦੀਪਾ ਪੰਜਰੋਖਾ ਤੇ ਹਰਦੀਪ ਦੀ ਤਾਂ ਕਹਿੰਦੇ ਗੱਲ ਜਿਹੜੀ ਵੱਖਰੀ ਹੈ ਚੰਡੀਗੜ੍ਹ ਦੇ ਵਿੱਚ ਕਹਿੰਦੇ ਡੇਰੇ ਨੇ ਸਾਡੇ ਵੀਰ ਦੇ ਬਹੁਤ ਬਹੁਤ ਧੰਨਵਾਦ ਹੈ ਛੋਟੇ ਗੱਗੀ ਨੂੰ ਮੋਟਰਸਾਈਕਲ ਕਹਿੰਦੇ ਦਿੱਤਾ ਗਿਆ ਹਰਦੀਪ ਦੇ ਵੱਲੋਂ ਗੱਗੀ ਨੂੰ ਪਤਾ ਹੀ ਨਹੀਂ ਸੀ ਕਹਿੰਦੇ ਸਰਪ੍ਰਾਈਜ਼ ਦਿੱਤਾ ਸਾਡੇ ਇਸੇ ਭਰਾ ਨੇ ਬਹੁਤ ਸਤਿਕਾਰਯੋਗ ਸ਼ਖਸੀਅਤ ਹੈ ਕੁਲਵਿੰਦਰ ਨਿਜ਼ਾਮਪੁਰ ਜੀ ਪ੍ਰੈਸ ਮੀਡੀਆ ਦੇ ਖੇਤਰ ਦਾ ਇੱਕ ਵੱਡਾ ਨਾਮ ਹੈ ਸਰਦਾਰ ਕੁਲਵਿੰਦਰ ਸਿੰਘ ਜੀ ਨਿਜ਼ਾਮਪੁਰ ਸਾਹਿਬ ਉਹ ਜਿੱਥੇ ਵੀ ਕਿਤੇ ਆਵਾਜ਼ ਸੁਣਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਜਾਣਾ ਲਸਾੜੇ ਦੀ ਟੀਮ ਕਹਿੰਦੇ ਪੁੱਜ ਚੁੱਕੀ ਆ ਮੇਰੇ ਪੰਜਾਬੀ ਵੀਰੋ ਗਰਾਊਂਡ ਦੇ ਲਾਗੇ ਕੌਂਕਿਆਂ ਦੀ ਟੀਮ ਨੂੰ ਬੇਨਤੀ ਆ ਵੀ ਬਾਬਾ ਰੋਡੂ ਕਲੱਬ ਕੌਂਕਿਆਂ ਦੀ ਟੀਮ ਵੀ ਜਲਦੀ ਪੁੱਜੇਗੀ ਲੱਕੀ ਪੱਲਿਆਂ ਵਾਲਾ ਦਾ ਫਿਰ ਧੰਨਵਾਦ ਹੈ ਸਾਡੇ ਯਾਰ ਦਾ
ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਮੇਰੀ ਜ਼ਿੰਦਗੀ ਦਾ ਬਹੁਤ ਪਿਆਰਾ ਵੀਰ ਹੈ ਤੇ ਇਕੱਠੇ ਫੁੱਟਬਾਲ ਵੀ ਖੇਡਦੇ ਰਹੇ ਹੈ ਉਹਨਾਂ ਦੇ ਨਾਲ ਹਰਜੀਤ ਸਿੰਘ ਜੀ ਤਲਵਿੰਦਰ ਸਿਓੜਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਫਾਈਨਲ ਦੀਆਂ ਦੋਨੋਂ ਟੀਮਾਂ ਕਲੱਬ ਵਾਲੇ ਕਹਿੰਦੇ ਵੀ ਜੇ 2 ਮਿੰਟ ਵਿੱਚ ਟੀਮਾਂ ਨਹੀਂ ਆਉਂਦੀਆਂ ਤਾਂ 2000 ਦੀ ਜਿਹੜੀ ਕਟੌਤੀ ਹੋ ਜਾਣੀ ਹੈ ਕਿਉਂਕਿ ਸਿੱਧ ਸਰ ਦਾ ਕੱਪ ਹੈ ਇੱਥੇ ਰੂਲ ਇਹ ਬਣਾਏ ਨੇ ਅੱਜ ਆਪਾਂ ਸਵੇਰ ਤੋਂ 2 ਮਿੰਟ ਤੋਂ ਬਾਅਦ ਜਿਹੜੀ ਟੀਮ ਲੈ ਵੀ ਰਿੰਪੀ ਬਾਈ ਕਹਿੰਦਾ ਕੱਟਣਾ ਹੀ ਕੱਟਣਾ 2000 ਇਹ ਨਹੀਂ ਵੀ ਬਾਕੀ ਪਿੰਡਾਂ ਵਾਂਗੂ ਕਹਿ ਦਿਓ ਤੇ ਮਾਇਆ ਨਹੀਂ ਕੱਟਦੇ ਸਿੱਧ ਸਰ ਵਾਲੇ ਜਿਹੜੀ ਗੱਲ ਕਹਿਣਗੇ ਇਸੇ ਕੱਪ ਦੇ ਉੱਤੇ ਉਹ ਕਹਿੰਦੇ ਕੀਤੀ ਜਾਵੇਗੀ ਮੇਰੇ ਵੀਰੋ ਹਾਂਜੀ ਬੇਨਤੀ ਆ ਵੀ ਦੋਨੋਂ ਟੀਮਾਂ ਪਲੀਜ਼ ਜਲਦੀ ਗਰਾਊਂਡ ਦੇ ਵਿੱਚ ਪਹੁੰਚ ਜਾਣ ਜੀ ਦੋਨੋਂ ਟੀਮਾਂ ਠੀਕ ਹੈ ਜੀ ਲੈ ਵੀ ਜਿੰਦਰਿਆ ਤੈਨੂੰ ਕਬੱਡੀ ਜਗਤ ਵੱਲੋਂ ਮੁਬਾਰਕਬਾਦ ਹੈ ਕਿਉਂਕਿ ਅੱਜ ਜਿੰਦਰੇ ਦੀ ਖੇਡ ਦਾ ਜਿਹੜਾ ਮੁੱਲ ਪਾਇਆ ਬਹੁਤ ਸਤਿਕਾਰਯੋਗ ਸਾਡਾ ਵੀਰ ਹੈ ਸਿੱਧ ਸਰ ਦੇ ਕੱਪ ਦੇ ਉੱਤੇ ਸਨਮਾਨ ਕਹਿੰਦੇ ਜਿੰਦਰੇ ਦਾ ਕੀਤਾ ਗਿਆ ਲਸਾੜੀ ਵਾਲੇ ਦਾ ਹਾਂਜੀ ਵੀਰ ਜੀ ਪੀਵੀ 07-23-66 66-17 ਗਰੀਬ ਬੰਦੇ ਦਾ ਪਲਟੀਨਾ ਮੋਟਰਸਾਈਕਲ ਚੱਕਿਆ ਗਿਆ ਕੋਈ ਵੀਰ ਭੁਲੇਖੇ ਨਾਲ ਠੀਕ ਹੈ ਜੀ ਕੋਈ ਵੀਰ ਭੁਲੇਖੇ ਨਾਲ ਲੈ ਗਿਆ ਹੋਵੇ ਭੁਲੇਖੇ ਨਾਲ ਤਾਂ ਕਿਹਨੇ ਲੈ ਕੇ ਜਾਣਾ ਆਪਾਂ ਨੂੰ ਪਤਾ ਹੀ ਹੈ ਪੰਜਾਬ ਪੁਲਿਸ ਇੱਥੇ ਖੜੀ ਹੈ ਸਾਰੀ ਹੁਣ ਰਿਪੋਰਟ ਲਿਖਾ ਦੇ 1000 ਜਿਹੜਾ 1 ਮਿੰਟ ਰਹਿੰਦਾ ਗੱਗੀ ਬਾਈ 1 ਮਿੰਟ ਤੋਂ ਬਾਅਦ ਕੱਟਿਆ ਜਾਣਾ ਹੈ ਲਸਾੜਾ ਗਿੱਲ ਵਰਸੀ ਬਾਬਾ ਰੋਡੂ ਕਲੱਬ ਕਿਉਂਕਿ ਰਜਤ ਕੀਰਤਪੁਰ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜਿਆ ਸਾਡਾ ਵੀਰ ਬਜਰੰਗ ਬਲੀ ਦਾ ਬਹੁਤ ਵੱਡਾ ਭਗਤ ਸਾਡਾ ਬਾਈ ਕੀਰਤਪੁਰ ਸਾਹਿਬ ਤੋਂ ਕਹਿੰਦੇ ਕਬੱਡੀ ਕੱਪ ਦੇਖਣ ਆਇਆ ਹੈਪੀ ਜਰਗੜੀ ਦਾ ਫੈਨ ਹੈ ਹੈਪੀ ਜਰਗੜੀ ਸਾਡਾ ਬਾਈ ਬਹੁਤ ਬਹੁਤ ਧੰਨਵਾਦ ਹੈ ਓਕੇ ਓਕੇ ਉਹ ਲਸਾੜੇ ਵਾਲਿਓ ਆ ਜਾਓ ਹੁਣ ਬਾਬਾ ਰੋਡੂ ਕਲੱਬ ਕਿਉਂਕਿ ਵਰਸੇ ਚ ਲਸਾੜਾ ਗਿੱਲ ਰਿੰਪੀ ਬਾਈ ਕਹਿੰਦਾ ਵੀ 1-1000 ਜਿਹੜਾ ਕੱਟਿਆ ਗਿਆ ਦੋਨੋਂ ਟੀਮਾਂ ਦਾ 1-1000 ਰੁਪਇਆ ਜਿਹੜਾ ਕਹਿੰਦੇ ਕੱਟਿਆ ਗਿਆ ਮੇਰੇ ਵੀਰੋ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਉਹ ਛੋਟੀ ਬੱਚੀ ਹੈ ਜਿਹਦਾ ਆਪਰੇਸ਼ਨ ਹੋਣਾ ਅਸੀਂ ਉਹਦੇ ਲਈ ਕਹਿੰਦਾ 1-1000 ਜਿਹੜਾ ਉਹ ਉਸ ਬੱਚੀ ਲਈ ਆਪਾਂ ਜੋੜ ਦੇਵਾਂਗੇ ਖੁਸ਼ੀ ਚਾਲ ਦਾ ਵੀ ਸਨਮਾਨ ਜਿਹੜਾ ਕੀਤਾ ਜਾਣਾ ਹੈ ਨਿੱਕਾ ਬਾਈ ਨਾਲ ਹੋਵੇਗਾ ਨਾਲ ਰਿੰਪੀ ਸਾਡਾ ਵੀਰ ਸਾਰੇ ਵੀਰ ਨਾਲ ਹੋ ਜਾਣ ਖੁਸ਼ੀ ਚਾਲ ਅੰਮ੍ਰਿਤ ਚੀਮਾ ਬੱਸੀਆਂ ਵਾਲਾ ਹੈ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰਾਂ ਦਾ ਉਧਰੋਂ ਡਿਪਟੀ ਸਾਹਿਬ ਬਰਿੰਦਰ ਸਿੰਘ ਜੀ ਥਿੰਦ ਸਾਹਿਬ ਬੈਠੇ ਕਹਿੰਦੇ ਆਨੰਦ ਮਾਣਦੇ ਨੇ ਮੇਰੇ ਵੀ ਅੱਜ ਦੇ ਮੇਲੇ ਦਾ ਡਿਪਟੀ ਸਾਹਿਬ ਪੂਰੇ ਖੁਸ਼ ਨੇ ਬਹੁਤ ਸਤਿਕਾਰਯੋਗ ਸ਼ਖਸੀਅਤ ਨੇ ਕਹਿੰਦੇ ਸਾਡੇ ਇਸ ਇਲਾਕੇ ਦੀ ਜਿਹੜੇ ਉੱਚੇ ਤੌਰ ਦੇ ਉੱਤੇ ਕਹਿੰਦੇ ਅੱਜ ਦੇ ਕੱਪ ਦੇ ਉੱਤੇ ਪੁੱਜੇ ਹੋਏ ਹੈ ਬਹੁਤ ਬਹੁਤ ਧੰਨਵਾਦ ਹੈ ਸਾਡੇ ਬਾਈ ਖੁਸ਼ੀ ਦਾ ਅੰਮ੍ਰਿਤ ਚੀਮਾ ਬੱਸੀਆਂ ਵਾਲਾ ਉਧਰ ਹਰਮਨ ਹੈਰੀ ਹੈ ਇਸ ਵੀਰ ਦਾ ਵੀ ਨੈੱਟ ਦੇ ਉੱਤੇ ਵੱਡਾ ਨਾਮ ਹੈ ਹਰਮਨ ਹੈਰੀ ਇਹ ਵੀ ਸਾਡਾ ਵੀਰ ਅਪਡੇਟ ਕਰਦਾ ਹਰ ਇੱਕ ਕੱਪ ਦੀ ਫਾਈਨਲ ਦੀਆਂ ਦੋਨੋਂ ਟੀਮਾਂ ਬਾਈ ਜੀ ਸ਼ਿੰਦੇ ਮਟੋਲਡੇ ਵੱਲੋਂ ਕਹਿੰਦੇ ਫਰਿੱਜਾਂ ਦਿੱਤੀਆਂ ਜਾਣਗੀਆਂ ਮੇਰੇ ਵੀਰੋ ਬੈਸਟ ਏਡਰ ਤੇ ਜਾਫੀ ਦੇ ਲਈ ਲਓ ਕੌਂਕਿਆਂ ਦੀ ਟੀਮ ਕਹਿੰਦੇ ਬਾਅਦ ਵਿੱਚ ਮੈਚ ਖੇਡ ਕੇ ਗਈ ਹੈ ਤੇ ਪਹਿਲਾਂ ਗਰਾਊਂਡ 'ਚ ਆ ਗਈ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਵੀਰੋ ਜ਼ੋਰਦਾਰ ਬਾਅਦ ਵਿੱਚ ਮੈਚ ਖੇਡ ਕੇ ਗਈ ਹੈ ਤੇ ਟੀਮ ਪਹਿਲਾਂ ਕਹਿੰਦੇ ਗਰਾਊਂਡ ਵਿੱਚ ਆ ਗਈ ਹੈ ਕਿਉਂਕਿ ਸਲੀਮ ਨੇ ਵੀ ਆਪਣੇ ਪਿੰਡ ਮੇਲਾ ਕਰਵਾਉਣਾ 4 ਤਰੀਕ ਨੂੰ ਤੇ ਕਲੱਬ ਦਾ ਮੇਨ ਆਰਗੇਨਾਈਜ਼ਰ ਇਹਨੂੰ ਸਾਰਾ ਕੁਝ ਪਤਾ ਵੀ ਰੂਲ ਜਿਹੜੇ ਕੀ ਹੁੰਦੇ ਆ ਜੇਕਰ ਸਾਰੀ ਟੀਮ ਆਉਂਦੀ ਆ ਨਾ ਤਾਂ 500 ਰੁਪਇਆ ਕਹਿੰਦੇ ਹਰਦੀਪ ਰਾਣੀ ਜਿੰਮੀ ਰਾਣੀ ਤੇ ਦੀਪੇ ਪੰਜਰੁਖੇ ਸਾਬਰ ਦੁਗਰੀ ਵਾਲੇ ਵੱਲੋਂ ਕਹਿੰਦੇ ਦਿੱਤਾ ਜਾਣਾ ਹੈ ਬਾਈ ਲਸਾੜੇ ਦੀ ਟੀਮ ਵੀ ਜਲਦੀ ਤੋਂ ਜਲਦੀ ਆ ਜਾਏ ਗਰਾਊਂਡ 'ਚ ਲਸਾੜੇ ਦੀ ਟੀਮ ਰਾਜੂ
राजू कमालपुर वाला भी कहिंदे पुज आया साडा वीर जिहड़े कमालपुर दे विच कहिंदे वड्डा मेला करवाउंदे आ। पिछले सीजन की जो आप गल करिए कहिंदे टॉप दे उत्ते रहा मेरे वीरो कमालपुर का कबड्डी कप रूमी दे लागे पिंड है कहिंदे कमालपुरा है जिहड़े ग्राउंड दे विच वड्डे कहिंदे कबड्डी दे खिडारी हर एक साल पुजदे आ। राजू कमालपुरी का उचेचे तौर उत्ते धन्नवाद है साडे वीर का। उन्होंने नाल गैरी ढूडीकियां वाला भी कहिंदे पुज आया है कबड्डी का बहुत वड्डा पिंड है कहिंदे ढूडीके पिंड प्रिंसीपल सरबण सिंह जी का कहिंदे वड्डा नाम है कबड्डी की दुनिया के विच उत्थे ही बहुत सत्कारयोग साढ़े वीर दीपा देड़का देड़का पिंड है कहिंदे मैतियाणा साहब के लागे माणूके माणूकियां के बिल्कुल लागे करके देड़का पिंड है दल्ला मल्ला रसूलपुर उस एरिए दे कहिंदे बड़े मशहूर पिंड ने भावें अखाड़े या फिर कहिंदे भम्मीपुर की गल जिहड़ी वखरी है। ये सारे साढ़े वीर पुजे हुए हैं अज के कप के उत्ते। फाइनल मैच अज के कप का मेरे वीरों कहिंदे शुरू होने जा रहा है। पानी पुजदा कर दो जी ग्राउंड में साड़ी बेनती है भी प्लीज पानी जरा खेड मैदान पुजदा कर दिता जाए। लै भी मनजीत भाई मनजीत बेनती है रैफरी साहब सुखिया इधर एक बार आप बैस्टेटर जाफी जे कि क्डने हैं ये रूल जे सारे खिलाड़ी सुन लैन पॉइंट गिने जाएंगे कल भी पता ही है सुखिया ओके ठीक है। जेकर जफे बराबर होणगे तां टच गिने जाणगे नहीं टचां दा कहिंदे कोई चक्कर नहीं ठीक है सुखिया रेडां दा भी कहिंदे कोई चक्कर नहीं तुहानूं पता ही है सारा कुछ क्योंकि ट्रैक्टरां दे जेतू है गड्डियां दे जेतू है। सौ खवा के कहिंदे मुकाबला यह करवाया जाना मेरे वीरो वरिंदर भी पुज गया कहिंदे दौधर दी धरती दा है जिदा ओम ने गल की कि जिमें फिल्मों में चढ़ाई है सानेवाल के धर्मेंद्र की कौडी में चढ़ाई है कहिंदे दौधर वाले वरिंदर की उधर ओके ओके पिंदरी बदनी वाले सदे उत्ते कहिंदे पुजा वरिंदर दौधर की धरती का मनदीप धामी उन्होंने नाल ललतों वाले कहिंदे रूमी बिल्ले उन्होंने नाल कहिंदे बहुत बड़ा प्यार है कबड्डी के सिस्तार का उचेचे तौर उत्ते कहिंदे पुज आया। दोनों टीम लाइन अप हो जाए जी लैबी पिंदे भाई दोनों टीम लाइन अप आप करवा लीए खिडारियों के नाल जान पहचान दे लई साडे डिप्टी साहब वरिंदर सिंह जी थिंद साहब बहुत सत्कारयोग शख्सियत ने वो खिडारियों के नाल जान पहचान दी ग्राउंड दे विच जाणगे। उन्हां दे नाल साडे बहुत ही सत्कारयोग राजू कमालपुरा गैरी ढुडीके अते नाल भुट्टो भाई दीपा देड़का रणवीर महदूल महमूद जगराओं ग्रुप का कहिंदे वड्डा नाम है रघवीर भाई उन्हां दा धन्नवाद है जगराओं ग्रुप वाले ये सारे साडे वीर ने जिहड़े डिप्टी साहब जी दे नाल जाणगे। रिंपी भाई आपां डिप्टी साहब जी नूं लै आईए ग्राउंड दे विच पम्मे कलोटी वाले दा भी बहुत बहुत धन्नवाद है साडे वीर दा। दोनों टीमां लाइन अप कर लईए जी आपां दोनों टीम के प्लेयर बेनती है भी प्लीज जल्दी लाइन अप हो जाओ पीते बाद कर लो मर मलैया भी पहला लाइन अप हो जाओ रिक्वेस्ट है थोनों। वरिंदर सिंह जी थिंद साहब डिप्टी साहब बहुत सत्कारयोग शख्सियत जिन्होंने कहते अज के कबड्डी कप का मेरे वीर बहुत लंबे समय तो कहते आनंद माण रहे हैं उन्होंने उचेचे तौर पर धन्यवाद है। अते नाल साडे वीर राजू कमालपुरा गैरी ढुडीके भुट्टो भाई दीपा देड़का ते रणवीर उन्हां दा सारयां दा ही बहुत बहुत धन्नवाद है। जगराओं ग्रुप वाले कहिंदे साडे वीर पुजे हुए ने अज दे कप दे उत्ते। गुरदीप सरपंच जी राणो बब्बू ठेकेदार जी भी कहिंदे नाल ने हनी वीर उन्हां दा सारयां दा ही चेचे तौर दे उत्ते धन्नवाद है। सिद्ध सर साहिब दा इह फाइनल मैच कहिंदे शुरू होण जा रिहा अज दे कप दा मेरे वीरो बहुत सफलतापूर्वक सच्चे पातशाह दी मेहर रही ये टूरनामेंट कहिंदे अपने कदम जिहड़े हौली हौली अंतम वल नूं वधा रहे हैं सट फेर तो बचे रहे सारे प्लेयर बहुत सारी संगत का उचेचे तौर के उत्ते धन्नवाद है। वरिंदर सिंह जी थिंद साहब का जिन्ना असीं धन्नवाद कर सकीए उन्ना घट है
डिप्टी साहब उचेचे तौर के उत्ते कहिंदे पुजे होए ने अज दे कप दे उत्ते मेरे वीरो खिडारियों दे नाल जान पहचान करन तों बाद एक जिहड़ी कहिंदे ग्रुप फोटो कीती जा रही है ग्रुप फोटो हुंदी होई अज दे कबड्डी कप दे यादां बणनगियां मेरे वीरो कोई इंट्रोडक्शन नहीं कराई सवेर दियां ने लिया वी निक्के भाईआ स्वाद लिया तां है फाइनल दे विच कहिंदे इक्को इंट्रोडक्शन है इदां दा मेरे वीरो हर एक पिंड विच हो जावे तां स्वाद ही आजूगा एक कई बार इदां हुंदा है कोई लीडर आ जांदा ते मैच चलदा हुंदा अद्धे नंबर दे उत्ते ते लीडर साहब नूं आपां ग्राउंड विच लै जांदे आ इह स्वाद लिया तां सिद्ध सर वाले तुसीं इह गल दा जेकर आ गल तुहानूं वधिया लगी आ दर्शको इक वारी ताड़ी मार दो जोरदार लो ताड़ियां वजदियां ने कि ताड़ियां जद वजदियां ने पता लगदा लोकां दे मन नूं लग्गियां दा कि दुनिया पूजदी योधिआं नूं कोई नां नहीं लैंदा भज्जियां दा दुनिया पूजदी योधिआं नूं कोई नां नहीं लैंदा भज्जियां दा हरदीप राउणी वाले दा साढ़े यार दा इक वारी फिर तो बहुत बहुत धन्नवाद है जिमी राउणी दीपा पंजरुखा ते कहिंदे सावर दुकरी वाला कहिंदा आल्टो कारां दित्तियां जाणगियां मेरे वीरो दुकरी दे कप दे उत्ते 4 दसंबर दी तरीक कहिंदे भज्जी आ रही है इन्हां वीरां वल्लों मैच दे खुल्ले गफ्फे जिहड़े इस मैच दे विच वंडे जाणगे पाणी पुज गया गुरी पाणी पहुंच चुक्या जी ग्राउंड दे विच दोनों टीमां दा एक एक प्लेयर इधर आ जावे जी बेनती है वी दोनों टीमां दा एक एक प्लेयर बाद विच इह ना कहो मेरे 20 रह गए 50 रह गए क्योंकि 50 वाली कोई गल नहीं हुण 500 तों गल जिहड़ी चलनी है दोनों टीमां दा एक एक प्लेयर इधर पहुंच जावे जी जल्दी दे नाल लै वी गग्गी पहली कबड्डी ते किन्नी माया आउणी है 1000 दिता जाना कहिंदे पहली कबड्डी ते मेरे वीरो 1000 हरदीप राउणी सावर दुगरी जिमी राउणी अते नाल साढ़े दीपे पंजरुखे वाले वल्लों कहिंदे 1000 दिता जाऊगा सोनी टेंट सर्विस वाले दा जिन्ना धन्नवाद कर सकी उन्ना घट है सोनी टेंट सर्विस जरगड़ी वाला साडा वीर है विशेष तौर ते धन्नवाद है साडे इधर जस्सा भाई है बेरखुर्द वाला गुरपी दा वीर है लखे कलोटी वाली लाइटां भी आईआं कहिंदे पूरियां फिट है हाँ भी सुखिया कबड्डियां गगी किन्नियां किन्नियां कौड़ियां भीरे पिंदा खलड़ा कित्थे आ साडा भाई पिंदिया ਕਿੰਨੀਆਂ ਕਿੰਨੀਆਂ ਰੇਟਾਂ ਦੇਣੀਆਂ ਇਧਰ ਦੱਸੀ ਬਾਈ ਸੁੱਖੇ ਵੀਰ ਉਹਨਾਂ ਨੂੰ ਦੱਸ ਦਿੱਤਾ ਓਕੇ ਸਿਮਰ ਦਾ ਫੋਨ ਆ ਗਿਆ ਕਹਿੰਦੇ ਯੂ